ਦਾ ਨਾਮ ਭਾਈ ਸੁਖਜੀਤ ਸਿੰਘ ਜੀ ਖਾਲਸਾ ਕਵੀ ਸ਼੍ਰੀ ਜਥਾ ਅੰਮ੍ਰਿਤਸਰ ਸਾਹਿਬ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਅੰਮ੍ਰਿਤਸਰ ਦੇ ਬਾਨੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਤਾਰਿਆ ਡਿੱਠੇ ਸਭੇ ਥਾਵ ਨਹੀਂ ਤਦ ਜਿਹਾ ਬਦੋ ਪੁਰਖ ਵਿਧਾਤੇ ਤੰਤ ਸੋਇਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਅੱਜ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਪ੍ਰਕਾਸ਼ ਗੁਰਪੁਰਬ 'ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਬਾਹਰ ਤੋਂ ਸ਼ਰਧਾਲੂ ਆਉਂਦੇ ਨੇ ਔਰ ਅੰਦਰ ਡੈਕੋਰੇਸ਼ਨ ਕਰਦੇ ਨੇ। ਦਿੱਲੀ ਤੋਂ ਕਾਰੀਗਰ ਮੰਗਾਏ ਜਾਂਦੇ ਹਨ ਸਤਿਗੁਰ ਦੀ ਕਿਰਪਾ ਦੇ ਨਾਲ। ਬਹੁਤ ਸੋਹਣੀ ਸਤਿਗੁਰ ਦੀ ਕਿਰਪਾ ਦੇ ਨਾਲ ਕੰਪਲੈਕਸ ਦੇ ਜਦੋਂ ਅੰਦਰ ਐਗਜ਼ਿਟ ਹੋਈਏ ਅਤੇ ਪਰਿਕਰਮਾ ਦੇ ਵਿੱਚ ਬਹੁਤ ਸੋਹਣੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫੁੱਲਾਂ ਦੀਆਂ ਡੈਕੋਰੇਸ਼ਨਾਂ ਹੋਈਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਦੇ ਉੱਤੇ ਵਰਖਾ ਕੀਤੀ ਗਈ, ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਕਿ ਕਿੰਨਾ ਕੁ ਸਕੂਨ ਮਾਰਦੇ ਹੋ ਇਸ ਪਵਿੱਤਰ ਜਗ੍ਹਾ ਦੇ ਜਿਹੜੇ ਇਸ ਤਰ੍ਹਾਂ ਦੀ ਖੂਬਸੂਰਤ ਵਰਖਾ ਹੋਈ ਹੈ। ਬਹੁਤ ਸੋਹਣੀ ਸਤਿਗੁਰੂ ਦੀ ਕਿਰਪਾ ਨਾਲ ਫੁੱਲਾਂ ਦੀ ਡੈਕੋਰੇਸ਼ਨ ਹੋਈ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਜਦੋਂ ਕੰਪਲੈਕਸ ਦੇ ਅੰਦਰ ਐਗਜ਼ਿਟ ਹੋਈ ਹੈ ਅਤੇ ਇੱਕ ਵਾਈਬ੍ਰੇਸ਼ਨਸ ਇਹੋ ਜਿਹੀਆਂ ਆਉਂਦੀਆਂ ਨੇ, ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੀ ਸਤਿਗੁਰੂ ਦੀ ਕਿਰਪਾ ਦੇ ਨਾਲ। ਸੰਗਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੁੰਦੀਆਂ ਨੇ, ਪਿੰਡਾਂ ਕਸਬਿਆਂ ਸ਼ਹਿਰਾਂ ਤੋਂ ਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਔਰ ਵਾਈਬ੍ਰੇਸ਼ਨਸ ਇਹੋ ਜਿਹੀਆਂ ਜਦੋਂ ਅੰਦਰ ਬਹੀਏ ਤਾਂ ਪਰਿਕਰਮਾ ਦੇ ਵਿੱਚ ਅਤੇ ਇੱਕ ਮਿਊਜ਼ਿਕ ਦੀ ਆਵਾਜ਼ ਆਉਂਦੀ ਹੈ, ਕੀਰਤਨ ਦੀ ਆਵਾਜ਼ ਆਉਂਦੀ ਹੈ ਤਾਂ ਜਦੋਂ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਬਹੁਤ ਵਧੀਆ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਹੈ। ਮੈਡੀਟੇਸ਼ਨ ਕਰਕੇ, ਨਾਮ ਸੇਵਾ ਸਿਮਰਨ ਕਰਕੇ ਔਰ ਦਰਸ਼ਨ ਇਸ਼ਨਾਨ ਕਰਕੇ। ਅੱਜ ਦਾ ਨਾਮ ਭਾਈ ਸੁਖਜੀਤ ਸਿੰਘ ਜੀ ਖਾਲਸਾ ਕਵੀ ਸ਼੍ਰੀ ਜਥਾ ਅੰਮ੍ਰਿਤਸਰ ਸਾਹਿਬ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਅੰਮ੍ਰਿਤਸਰ ਦੇ ਬਾਨੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਤਾਰਿਆ ਡਿੱਠੇ ਸਭੇ ਥਾਵ ਨਹੀਂ ਤਦ ਜਿਹਾ ਬਦੋ ਪੁਰਖ ਵਿਧਾਤੇ ਤੰਤ ਸੋਇਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਅੱਜ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਪ੍ਰਕਾਸ਼ ਗੁਰਪੁਰਬ 'ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਬਾਹਰ ਤੋਂ ਸ਼ਰਧਾਲੂ ਆਉਂਦੇ ਨੇ ਔਰ ਅੰਦਰ ਡੈਕੋਰੇਸ਼ਨ ਕਰਦੇ ਨੇ। ਦਿੱਲੀ ਤੋਂ ਕਾਰੀਗਰ ਮੰਗਾਏ ਜਾਂਦੇ ਹਨ ਸਤਿਗੁਰ ਦੀ ਕਿਰਪਾ ਦੇ ਨਾਲ। ਬਹੁਤ ਸੋਹਣੀ ਸਤਿਗੁਰ ਦੀ ਕਿਰਪਾ ਦੇ ਨਾਲ ਕੰਪਲੈਕਸ ਦੇ ਜਦੋਂ ਅੰਦਰ ਐਗਜ਼ਿਟ ਹੋਈਏ ਅਤੇ ਪਰਿਕਰਮਾ ਦੇ ਵਿੱਚ ਬਹੁਤ ਸੋਹਣੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫੁੱਲਾਂ ਦੀਆਂ ਡੈਕੋਰੇਸ਼ਨਾਂ ਹੋਈਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਦੇ ਉੱਤੇ ਵਰਖਾ ਕੀਤੀ ਗਈ, ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਕਿ ਕਿੰਨਾ ਕੁ ਸਕੂਨ ਮਾਰਦੇ ਹੋ ਇਸ ਪਵਿੱਤਰ ਜਗ੍ਹਾ ਦੇ ਜਿਹੜੇ ਇਸ ਤਰ੍ਹਾਂ ਦੀ ਖੂਬਸੂਰਤ ਵਰਖਾ ਹੋਈ ਹੈ ਸਤਿਗੁਰੂ ਜੀ ਦੀ। ਬਹੁਤ ਸੋਹਣੀ ਸਤਿਗੁਰੂ ਦੀ ਕਿਰਪਾ ਨਾਲ ਫੁੱਲਾਂ ਦੀ ਡੈਕੋਰੇਸ਼ਨ ਹੋਈ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਜਦੋਂ ਕੰਪਲੈਕਸ ਦੇ ਅੰਦਰ ਐਗਜ਼ਿਟ ਹੋਈ ਹੈ ਅਤੇ ਇੱਕ ਵਾਈਬ੍ਰੇਸ਼ਨਸ ਇਹੋ ਜਿਹੀਆਂ ਆਉਂਦੀਆਂ ਨੇ, ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੀ ਸਤਿਗੁਰੂ ਦੀ ਕਿਰਪਾ ਦੇ ਨਾਲ। ਸੰਗਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੁੰਦੀਆਂ ਨੇ, ਪਿੰਡਾਂ ਕਸਬਿਆਂ ਸ਼ਹਿਰਾਂ ਤੋਂ ਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਔਰ ਵਾਈਬ੍ਰੇਸ਼ਨਸ ਇਹੋ ਜਿਹੀਆਂ ਜਦੋਂ ਅੰਦਰ ਬਹੀਏ ਤਾਂ ਪਰਿਕਰਮਾ ਦੇ ਵਿੱਚ ਅਤੇ ਇੱਕ ਮਿਊਜ਼ਿਕ ਦੀ ਆਵਾਜ਼ ਆਉਂਦੀ ਹੈ, ਕੀਰਤਨ ਦੀ ਆਵਾਜ਼ ਆਉਂਦੀ ਹੈ ਤਾਂ ਜਦੋਂ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਬਹੁਤ ਵਧੀਆ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਹੈ। ਮੈਡੀਟੇਸ਼ਨ ਕਰਕੇ, ਨਾਮ ਸੇਵਾ ਸਿਮਰਨ ਕਰਕੇ ਔਰ ਦਰਸ਼ਨ ਇਸ਼ਨਾਨ ਕਰਕੇ।